हलका बटाला दे विधायक अमन शेर सिंह वालों बटाला शहर के लोगों की सालों तो लटक रही मंग नूं पूरा करदिया एक नवे महला क्लीनिक के निर्माण की शुरुआत की गई। इस दौरान विधायक अमन शेर सिंह शेरी कलसी ने कहा कि इस पुराने हस्पताल नूं 26 जनवरी तो पहला एक नवी महला क्लीनिक की दिख दी जाएगी और हर तरह के टैसट और दवाइया की सहूलत भी दिखाई जाएगी। उन्होंने कहा कि वह लोगों की नबज जानते हैं, लोगों दी जो मंगा सन जो चोणों तो पहला उन्होंने बटाला वासियों वादे किए सन उस तहत ही उन्होंने वालों लेबर शैड हंसली पुल नेड़े बनने वाली सड़क आदि होरना विकास कार्यों के उद्घाटन किए गए हैं। इस दौरान स्थानक लोगों ने भी विधायक अमन शेर सिंह का अते पंजाब सरकार का शुरू किए विकास कार्यों लिए धन्यवाद किया। पहला तो अज के दिन दिया बहुत बहुत गुरपुरब दिया मुबारकबाद दिना मैं देशों विदेशों के वस रहे देशवासियों और अज जी बियाबान साड़ी डिस्पेंसरी सी जी काफ़ी लंबे समय तो जी इस तरह ही पई सी, कई सरकार आईया कई ने वादे किए पर वादियां ते मुकम्मल खरे नहीं हो सके, पर आम आदमी पार्टी की सरकार ने फैसला किया भी 26 जनवरी तो पहला पहला असी इनू वधिया रेनोवेट करके डाक्टर की टीम बिठा के लोगों के टैसट लिए इनू मुहला क्लीनिक जी है आप बना के देवे। ये किला मंडी दे लोगों के और इन दी बहुत पुरानी मंग सी ते मैं इन्हां नूं एक गल दा वादा कीता सी भी तुसीं फिकर ना करो एक बारी आ लैण दो असी ये मंगा पूरियां करांगे ते अज उह दिन आ गया जी। ये साडे माणयोग भगवंत मान जी मुख्यमंत्री पंजाब साडे कौमी प्रधान अरविंद केजरीवाल जी उन्हां दा थापड़ा सदका जिहड़े रुके हुए काम ने असी उह अग्गे लैके जा रहे हैं। इक छत थल्ले की सहूलतां होणगीआं? देखो जी मैं तुहानूं दस्सदा इत्थे टैसट वगैरह कीते जाणगे, ठीक है, जिहड़ी भी जितना भी ਤੁਹਾਨੂੰ ਮੈਂ ਦੱਸਦਾ ਵੀ ਜ਼ਿਆਦਾ ਐਮਰਜੈਂਸੀ ਦੀ ਸਾਨੂੰ ਬਾਹਰ ਜਾਣਾ ਪਊਗਾ, ਬਾਕੀ ਤਕਰੀਬਨ ਇੱਥੇ ਜਿਹੜਾ ਟ੍ਰੀਟਮੈਂਟ ਵਗੈਰਾ ਜਿਹੜਾ ਸਾਰਾ ਕੀਤਾ ਦਵਾਈਆਂ ਵਗੈਰਾ ਮੈਡੀਸਨ ਅੱਜ ਜੀ ਜਿਹੜੇ ਮੈਂ ਵਾਅਦੇ ਕੀਤੇ ਸੀ ਅੱਜ ਉਹ ਸਾਰੇ ਵਾਅਦੇ ਪੂਰੇ ਕਰ ਰਹੇ ਹਾਂ ਜੀ ਅਤੇ ਹਾਲੇ ਬਾਕੀ ਰਹਿ ਜਾਣੇ ਨੇ ਉਹ ਗਿਣਤੀ ਹੁਣ ਜੇ ਹਾਂ ਸਭ ਤੋਂ ਪਹਿਲਾਂ ਮੈਂ ਸੁੱਖਾ ਸਿੰਘ ਮਹਤਾਬ ਸਿੰਘ ਚੌਂਕ 'ਚ ਗਿਆ ਜੀ ਉੱਥੇ ਸਾਡੇ ਮਜ਼ਦੂਰ ਜਿਹੜੇ ਸੀ ਉਹ ਉਹਨਾਂ ਦੀ ਬੜੀ ਲੰਮੇ ਸਮੇਂ ਤੋਂ ਮੰਗ ਸੀ ਕਹਿੰਦੇ ਸੀ ਵੀ ਵੋਟਾਂ ਲੈਣ ਲਈ ਸਾਰੇ ਆ ਜਾਂਦੇ ਆ ਪਰ ਉਹ ਤੋਂ ਬਾਅਦ ਲੀਡਰ ਨਜ਼ਰ ਨਹੀਂ ਆਉਂਦਾ ਅਤੇ ਉਹਨਾਂ ਨੂੰ ਵੀ ਰਾਤੀ ਮੈਂ ਦੱਸਿਆ ਵੀ ਮੈਂ ਸਵੇਰੇ ਆ ਰਿਹਾ ਅਤੇ ਪਤਾ ਉਹਨਾਂ ਨੂੰ ਵੀ ਨਹੀਂ ਸੀ ਮੈਂ ਕਿਸ ਕਰਕੇ ਆ ਰਿਹਾ ਕਿਉਂਕਿ ਮੈਨੂੰ ਉਹਨਾਂ ਨੇ ਗੱਲ ਕੀਤੀ ਸੀ ਸ਼ੈੱਡ ਵੱਲੋਂ ਅੱਜ ਉਹਨਾਂ ਦੇ ਸ਼ੈੱਡ ਦਾ ਉਦਘਾਟਨ ਕੀਤਾ ਮੰਗਿਆ ਉਹਨਾਂ ਨੇ ਸ਼ੈੱਡ ਸੀ ਇਕੱਲਾ ਪਰ ਨਾਲ ਉਹਨਾਂ ਨੂੰ ਇੱਕ ਆਪਾਂ ਟੋਇਲਟ ਬਣਾ ਕੇ ਦਿੱਤਾ ਨਾਲ ਮੈਂ ਵੇਖਦਾ ਸੀ ਵੀ ਜਦੋਂ ਪਾਣੀ ਪੀਣ ਦੀ ਜ਼ਰੂਰਤ ਪੈਂਦੀ ਸੀ ਕਦੀ ਉਹ ਕਿਸੇ ਦੁਕਾਨ 'ਤੇ ਜਾਂਦੇ ਸੀ ਕਦੀ ਕਿਸੇ 'ਤੇ ਕਿਸੇ ਕੋਲ ਮੰਗਦੇ ਸੀ ਅੱਜ ਫਿਲਟਰ ਵੀ ਜਿਹੜਾ ਪਾਣੀ ਵਾਸਤੇ ਉਹ ਵੀ ਉਹਨਾਂ ਨੂੰ ਜਿਹੜਾ ਆਪਾਂ ਲਗਾ ਦਿੱਤਾ। ਉਸ ਤੋਂ ਬਾਅਦ ਅੱਗੇ ਬਾਬਾ ਬਾਲਕ ਨਾਥ ਅਤੇ ਬਾਬਾ ਭੂਤ ਨਾਥ ਜੀ ਦਾ ਮੰਦਿਰ ਆਉਂਦਾ ਹਸਰੀ ਦੇ ਪੁਲ 'ਤੇ ਉੱਥੋਂ ਦੇ ਪ੍ਰਬੰਧਕਾਂ ਦੀ ਅਤੇ ਸੰਗਤ ਮੈਂ ਦੇਖਿਆ ਬੜਾ ਉੱਥੇ ਸੰਗਤ ਜਾਂਦੀ ਸੀ ਉਹਨਾਂ ਦੀ ਡਿਮਾਂਡ ਸੀ ਵੀ ਇਹ ਗਲੀ ਨਹੀਂ ਬਣੀ ਸਾਡੀ ਸੜਕ ਨਹੀਂ ਬਣੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਅੱਜ ਉਹਦਾ ਵੀ ਜਿਹੜਾ ਉਦਘਾਟਨ ਜਿਹੜਾ ਉਹਨਾਂ ਨੇ ਆਪ ਹੀ ਕੀਤਾ। ਉਸ ਤੋਂ ਬਾਅਦ ਫਿਰ ਰਕਸ਼ਾ ਯੂਨੀਅਨ ਜਿਹੜੀ ਬਾਹਰ ਸਾਡੇ ਸ਼ੇਰਾਂ ਵਾਲੇ ਦਰਵਾਜ਼ੇ ਦੇ ਲੱਗੇ ਉਹਨਾਂ ਦੀ ਵੀ ਡਿਮਾਂਡ ਸੀ ਉਹ ਵੀ ਉਹਨਾਂ ਦੀ ਵੀ ਸੇਮ ਇਹੋ ਬੋਲਬਾਣੀ ਸੀ ਵੀ ਕਹਿੰਦੇ ਜੀ ਲੀਡਰ ਲੱਭਦੇ ਨਹੀਂ ਵੋਟਾਂ ਤੋਂ ਬਾਅਦ ਅਤੇ ਕਹਿੰਦੇ ਸ਼ੈੱਡ 'ਚ ਆਉਂਦਾ ਅਤੇ ਉਹਨਾਂ ਨੂੰ ਵੀ ਰਾਤੀ ਫੋਨ ਹੀ ਕੀਤਾ ਆਪਾਂ ਵੀ ਸਵੇਰੇ ਆ ਰਹੇ ਹਾਂ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਸ ਕਰਕੇ ਆ ਰਹੇ ਹਾਂ। ਅੱਜ ਉਸ ਸ਼ੈੱਡ ਦਾ ਵੀ ਉਦਘਾਟਨ ਕੀਤਾ ਤਾਂ ਜੋ ਕਿ ਉਹਨਾਂ ਨੂੰ ਸਿਰ ਟੱਕਣ ਜੋਗੀ ਜਗ੍ਹਾ ਮਿਲ ਜਾਵੇ। ਚੌਥੀ ਕਿਲਾ ਮੰਡੀ ਜਿਹੜੀ ਕਾਫੀ ਲੰਮੇ ਸਮੇਂ ਤੋਂ ਸਾਡੇ ਲੋਕਾਂ ਦੀ ਮੰਗ ਸੀ ਵੀ ਇਹ ਹਸਪੀਟਲ ਜਗ੍ਹਾ ਵੀ ਹੈ ਪਰ ਇਹ ਖੰਡਰ ਬਣਦੀ ਜਾ ਰਹੀ ਹੈ ਪਰ ਮੈਂ ਆਸ਼ਵਾਸਨ ਦਿੰਦਾ ਇਸੇ ਜਗ੍ਹਾ ਨੂੰ ਲੋਕਾਂ ਦੇ ਸਾਥ ਨਾਲ ਅਸੀਂ ਤਾਂ ਕਰ ਹੀ ਰਹੇ ਹਾਂ ਲੋਕਾਂ ਦੇ ਸਾਥ ਨਾਲ ਲੋਕ ਕੰਮ ਕਰਨ ਨੂੰ ਤਿਆਰ ਨੇ ਲੋਕ ਸੇਵਾ ਕਰਨ ਨੂੰ ਤਿਆਰ ਨੇ ਲੋਕ ਸੇਵਾ ਭਾਵਨਾ ਰੱਖਦੇ ਨੇ ਦਿਲਾਂ ਦੇ ਵਿੱਚ ਇੱਕ ਦੂਜੇ ਦੇ ਸੁੱਖ ਦੁੱਖ ਲਈ ਕੰਮ ਆਉਣ ਵਾਸਤੇ ਖੜ੍ਹਦੇ ਨੇ ਇਹਨਾਂ ਦੇ ਸਾਥ ਨਾਲ ਮੈਂ ਕੁਛ ਨਹੀਂ ਕਰ ਰਿਹਾ ਇਹਨਾਂ ਦੇ ਸਾਥ ਨਾਲ ਅਸੀਂ ਇਸੇ ਜਗ੍ਹਾ ਨੂੰ ਵਧੀਆ ਰੈਨੋਵੇਟ ਕਰਾਂਗੇ ਇਹਨੂੰ ਵਧੀਆ ਬਣਾਵਾਂਗੇ ਇਹਦਾ ਗੇਟ ਵਗੈਰਾ ਸਾਰਾ ਜਿਹੜਾ ਤੁਸੀਂ ਵੇਖ ਰਹੇ ਹੋ ਇਹਨੂੰ ਵਧੀਆ ਬਣਾ ਕੇ ਲੋਕਾਂ ਨੂੰ ਦੇਵਾਂਗੇ ਅਤੇ ਲੋਕਾਂ ਨੂੰ ਬੇਨਤੀ ਇਹੋ ਕਰਾਂਗੇ ਨਾਲ ਵੀ ਤਗੜੇ ਹੋ ਕੇ ਸਾਂਭਣਾ ਵੀ ਤੁਸੀਂ ਆ ਸੋ ਸਾਡੀ ਸਮੁੱਚੀ ਟੀਮ ਮੈਂ ਕਹਿ ਸਕਦਾ ਖੋਸਲਾ ਸਾਹਿਬ ਹੁਣੀ ਸਾਡੇ ਜਸ਼ਪਾਲ ਚੌਹਾਨ ਜੀ ਲੂਥਰਾ ਸਾਹਿਬ ਹੁਣੀ ਸਾਡੇ ਹੋਰ ਵੀ ਰਾਜੂ ਭਾਅ ਜੀ ਤਕਰੀਬਨ ਸਾਰੀ ਟੀਮ ਸਾਡੇ ਸਰੀਨ ਸਾਹਿਬ ਐਮ ਸੀ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਹਾਂ ਸ਼ਹਿਰ ਦੇ ਵਿੱਚ।
मेरी वार्ड से पेंदे शहर के सब तो पुराने हस्पताल जिथे कि बटाले की अद्धी जनसंख्या जी जन्म लै चुकी है। अज उन्हू खंडर पई बिल्डिंग दोबारा शुरू करने लिए उन्होंने नींह पत्थर धरिया तो उन्होंने आम आदमी क्लीनिक के तौर पर शुरू कर जा रहे हैं। मैं उन्हों का बहुत बहुत दिलों धन्यवाद करना वा कि मैं उन्होंने जो मैं इलैक्शन लड़िया से उदों मंग रखी सी कि आप इस हस्पताल एक बटाले च सब तो व्डा वधिया हस्पताल बनाना है जिथे लोगों को हर सेहत की सहूलत मिले, लोगों को बाहर खजल खराब ना होना पवे। तो मैं उन्हों का बड़ा धन्यवादी हाँ कि उन्होंने मेरी इस मंग को पूरा करते हुए अज वादा किया कि 26 जनवरी तो पहला पहला आप इसका काम जरा वा पूरा कर देंगे तो 26 जनवरी इतने जरा आम आदमी महला क्लीनिक जरा वा शुरू किया जाएगा।